ਅਮਰ ਸਿੰਘ ਐਸ ਐਚ ਓ ਨੇ ਗੈਂਗਸਟਰ ਨੂੰ ਫੜਿਆ ਹੈ। ਅੱਜ ਆਏ ਤਾਂ ਚੋਦ ਹੋਣ ਵੀ ਕਿਆ ਦੇਦਾ, ਸਾਈਬਰ ਕ੍ਰਾਈਮ ਕਿੱਥੇ ਗਿਆ, ਕਿੱਥੇ ਗਿਆ ਸਾਈਬਰ ਕ੍ਰਾਈਮ? ਜਿੰਨੇ ਆਉਣਾ ਨਾ ਜੇ ਆਪਣੇ ਤਾਰੀ ਵਾਲੇ ਜਿਹੜੇ ਮਾਰਕੀਟ ਵਾਲੇ ਜਿਹੜਾ ਅੱਜ ਮੇਰੇ ਨਾਲ ਧੱਕਾ ਦੇ, ਜਿਹੜਾ ਬੰਦਾ 0 ਮੀਟਰ ਤੋਂ ਉੱਠ ਕੇ ਤਰੱਕੀ ਕਰੇ ਇਹਦਾ ਮਤਲਬ ਆਪਾਂ ਨੂੰ ਧਮਕੀ ਦੇ ਦਈਏ। ਜੇ ਟਾਰੀ ਦੇ ਲੋਕ ਜੋ ਟਾਰੀ ਆਪਣੀ ਜਾਗਦੀ ਜ਼ਮੀਰ ਆ, ਆਪਾਂ ਜੇ ਆਪਾਂ ਇਹਦੇ ਨਾਲ ਨਾ ਖਲੋਵਾਂਗੇ ਤੇ ਕੱਲ ਫਿਰ ਤੁਹਾਡੇ ਬੂਹੇ ਖੜੀ ਕੋਈ ਧਮਕੀ ਦੇ ਫੇਲੀਅਰ ਸਾਡਾ ਸੀ ਐਮ ਪੰਜਾਬ ਫੇਲੀਅਰ ਆ। ਉਹ ਤੂੰ ਆਪ ਬੜੀਆਂ ਸੋਹਣੀਆਂ ਕਰੇ, ਤੂੰ ਕਹਿੰਦਾ ਪੰਜਾਬ ਦੀ ਸੁਰੱਖਿਆ ਉੱਤੇ ਨੂੰ ਵੋਟਾਂ ਤਾਂ ਪਈਆਂ, ਉਹ ਵੋਟਾਂ ਮੈਂ ਸ਼ਰਿਆ ਮੈਂ ਕਹਿੰਦਾ ਮੈਂ ਪਾਗੀ ਚ ਸਾਰਿਆਂ ਦੇ ਬਰਖਲਾਫ ਲੱਗ ਯਾਰ, ਜੀਣਾ ਜੇਲ ਬਣਾ ਤਾ ਯਾਰ ਭੈਣ ਚੋ ਮੇਰੇ ਘਰ ਅੰਦਰ ਵੜ ਵੜ ਕੇ ਰਹਿਣ ਦਿਆ ਯਾਰ ਆਪਣੇ ਏਰੀਏ ਚ ਖਾਸ ਕਰਕੇ ਸਕਿਓਰਟੀ ਆਉਂਦੀ ਆ, ਦੋ ਦਿਨ ਆਉਂਦੀ ਗੋਲੀ ਮਾਰ ਕੇ ਗਾਂ ਜਾਊਗਾ ਸਕਿਓਰਟੀ ਨੇ ਚੱਕਣਾ। ਠੀਕ ਆ, ਅੱਜ ਮੈਂ ਕਹਿ ਦਿੱਤਾ ਜੇ ਮੈਂ ਸਵੇਰ ਤੋਂ ਆਹ ਵੀ ਲਾਤਾ ਜੇ ਤੇ ਆਹ ਵੀ ਪਾਤਾ ਜੇ, ਚਵਾਨੀ ਨੀ ਮੈਂ ਪਾ ਕੇ ਤੁਰਨਾ, ਜਿੰਨੇ ਮਾਰਨਾ ਜਿਹੜੇ ਸਾਲੇ ਨੇ ਮਾਰਨਾ ਮਾਰਦੇ, ਕੋਈ ਗੱਲ ਨੀ ਖੜਾ ਉਹਨਾਂ ਸਾਰਾ ਪਿੰਡ ਖਲੋਤਾ। ਪਰ ਦੂਜੀ ਗੱਲ ਆ, ਜਿੰਨੇ ਮਾਰਨੀ ਗੋਲੀ ਸਾਰੇ ਪਿੰਡ ਦੇ ਮਾਰੇ, ਇਹ ਨੀ ਕਿ ਉਹ ਕੱਲਾ ਵਾ। ਅਸੀਂ ਲੈ ਚੋਰੀ ਨਹੀਂ, ਹੁਣ ਫੋਨ ਆਇਆ ਹੁਣ ਵੀ ਕਰਕੇ ਉੱਠ ਕੇ ਗੋਲੀ ਮਾਰਨੀ, ਮੈਂ ਗੈਂਗਸਟਰ ਨੂੰ ਤਾਂ ਪੁੱਤ ਨਹੀਂ ਮਾਰਨਾ, ਆ ਮੇਰੇ 11 ਸਾਲਾਂ ਬਾਅਦ ਪੁੱਤ ਹੈ ਮੈਂ ਆ ਮਾਰਨਾ ਗੋਲੀ, ਆ ਕਰ ਇਹ ਕੱਤੇ ਇਸ ਟਾਈਮ ਇਹ ਨਹੀਂ ਕਰਨਾ, ਖਤਮ ਕਰ ਦੇ ਬਾਅਦ ਕਰੂੰਗਾ ਆਪਣਾ ਸਾਰਾ, ਆ ਮਾਰੂ ਮੈਂ ਯਾਰ ਤੂੰ ਕੱਲਾ ਨਹੀਂ ਆ। ਅਸੀਂ ਹੁਣ ਲਾਈਵ ਚੱਲਣ ਦਿਆ, ਹੁਣ ਵੀ ਉਹਨਾਂ ਨੇ ਫੋਨ ਲੱਗ ਦੇਣੇ ਗੈਂਗਸਟਰ ਜਿਹੜਾ ਵੀ ਹੈਗਾ, ਉਹਨੂੰ ਨਹੀਂ ਪਤਾ ਕਿਹੜੇ ਬੰਦੇ ਆ ਜਿੰਨੇ ਗੋਲੀ ਮਾਰੀ ਇੱਥੇ ਮਾਰੀ ਆ ਗਏ, ਉਹ ਕੱਲਾ ਨਹੀਂ ਹੈਗਾ, ਉਹਦੇ ਨਾਲ ਸਾਰਾ ਪਿੰਡ ਖਲੋਤਾ ਹੈ। ਸਿੱਧੀ ਜਿਹੜੀ ਗੱਲ ਚਾਰ ਦਿਨ ਤੋਂ ਨੀਂਦਰਾ ਮਰਨ ਦਿਆਂ, ਚਾਰ ਦਿਨ ਤੋਂ ਸੁੱਤਾ ਨਹੀਂ, ਦੱਸੋ ਕਿਹੜਾ ਆਣ ਕੇ ਤੁਸੀਂ ਕਰਨਾ, ਕਿਹੜਾ ਰਾਤ ਭਰਨ ਤੇਰੇ ਕਰਕੇ ਤਾਂ ਲਾਈ ਆ ਗੱਡੀ, ਹੁਣ ਲਾਈ 5 ਮਿੰਟ ਲਈ ਲਾਈ, ਹੁਣੇ 5 ਮਿੰਟ ਬਾਅਦ ਨਹੀਂ ਇੱਥੇ ਪੱਕੀ ਲੱਗੀ ਆਏ, ਹੁਣ ਕਿਤੇ ਨਹੀਂ ਲੱਗੀ, ਮੈਨੂੰ ਵੀ ਦੱਸ ਦੋ ਕਿ ਅੱਜ ਲੱਗੀ ਆ ਗੁਰੂ, ਐਮਐਲਏ ਕਹਿੰਦਾ ਐਸਐਸਪੀ ਕਹਿੰਦੇ ਅਜੇ ਵੀ ਲੱਗ ਗਈ, ਫੇਰ ਹੋਏ ਗੱਲ ਮੈਂ ਦੁਖੀ ਹੋਇਆ, ਇੱਧਰ ਇੱਧਰ ਹਾਲਾਤ ਬਣ ਗਏ ਜੋ ਸਾਡੇ ਏਰੀਆ ਸਾਰੀ ਹਾਲ ਜੋ ਆ, ਇੱਕ ਬਿਜ਼ਨਸਮੈਨ ਬੰਦੇ ਨੂੰ ਇੱਥੋਂ ਤੱਕ ਟਾਰਗੇਟ ਕਰਨਾ ਪੈਂਦਾ ਬਾਬੂ ਜੀ, ਅੱਜ ਕੱਲ ਨੂੰ ਮੰਨ ਲਓ ਕੋਈ ਵੀ ਬੰਦਾ ਜੀਰੋ ਮੀਟਰ ਤੋਂ ਜਿਹੜਾ ਬੰਦਾ ਅੱਗੇ ਵੱਧ ਗਿਆ ਉਹਨੂੰ ਧਮਕੀ ਦਿਓ ਤੇ ਸਾਰੀ ਸਾਰੀ ਰੋਟੀ ਪੈਸੇ ਮੰਗ ਜਾਓ, ਚਲੋ ਜੀ ਖਾਤਾ ਇਹ ਕਿੱਥੋਂ ਦਾ ਕਾਨੂੰਨ ਆ ਜੀ, ਇਹ ਕਿੱਥੋਂ ਦਾ ਆਪਣੇ ਦਾ
ਮੈਂ ਵਪਾਰੀ ਹੋ ਕੇ ਦੁਖੀ ਆ, ਮੈਂ ਜੇਲ੍ਹ ਵਰਗਾ ਘਰ ਬਣਾ ਕੇ ਬੈਠਾ, ਜੇਲ ਵਰਗਾ ਘਰ ਬਣਾ ਕੇ ਬੈਠਾ ਆ, ਜੇਲ ਵਰਗਾ ਚੜ ਦੋ ਆਪਣੀ ਸਰਕਾਰ ਤੋਂ ਯਾਰ। ਇਹ ਖੰਭ ਤੇ ਦਿੰਦੀਆਂ ਨੇ, ਖੰਭ ਦਿੰਦੀਆਂ ਵੋਟਾਂ ਪਵਾਉਣ ਵਾਸਤੇ, ਬਾਅਦ ਚ ਕੋਈ ਨੀ ਜੇ ਪੁੱਛਦਾ, ਕੋਈ ਨੀ ਪੁੱਛਦਾ। ਅੱਜ ਰੋਜ਼ ਮੇਰੇ ਘਰ ਦੀਆਂ ਟੇਕੀਆਂ ਹੁੰਦੀਆਂ, ਕੁਛ ਵੀ ਕੋਈ ਨੀ ਜਮੀਨ ਹੈਗੀ ਆ, ਜਮੀਨ ਤਾਂ ਕੀ ਸਾਰਾ ਟੈਰੀ ਇੱਥੇ ਆਵੇ, ਟੈਰੀ ਇੱਥੇ ਆਵੇ, ਮੇਰਾ ਮੈਂ ਪੰਜਾਬ ਚ ਇਸ ਵਕਤ ਕਾਰੋਬਾਰ ਕਰਨ ਦਾ ਹਰ ਕੋਈ ਬੰਦਾ ਘਰੇ ਆਪਣੇ ਸੇਫ ਹੋਣਾ ਚਾਹੀਦਾ, ਹਰ ਬੰਦਾ ਪਿੰਡ ਦਾ ਸੇਫ ਹੋਣਾ ਚਾਹੀਦਾ, ਸੈਂਟਰ ਨਹੀਂ ਹੋਣਾ ਚਾਹੀਦਾ। ਇਹ ਕੀ ਗੱਲ ਹੋਈ ਬੜਾ, ਇੱਕ ਸਰਬ ਸਾਹਿਬ ਦੀ ਨਾ ਹੀ ਆਪ ਮੁਹਾਰਿਆ ਅੱਗੇ ਸਾਹਮਣੇ, ਅਸੀਂ ਸਰਕਾਰ ਬਣਾਈਏ, ਅਸੀਂ ਸਰਕਾਰ ਬਣਾਈਏ, ਅਸੀਂ ਭਰਾ ਨਾਲ ਰਲ ਕੇ ਬੈਠੀਏ, ਸਾਨੂੰ ਕੋਈ ਸੇਫ ਨੀ ਜੀ ਇੱਥੇ, ਹੁਣ ਬਹੁਤ ਪੁੱਛਣਗੇ, ਕਈ ਆ ਜਾਣੇ ਹੁਣ, ਇਹ ਭਾਵੇਂ ਸੱਚੋ ਵੀ ਗੱਡੀ ਲੈ ਕੇ ਆ ਜਾਣਾ, ਆ ਜਾਣ ਆ ਲਾਈ ਵੀ ਬੈਠਾ ਮੈਂ ਦੁਖੀ ਆ। ਅੱਜ ਪਿਛਲੇ ਹਫ਼ਤੇ ਤੋਂ ਆਪਣਾ ਬੱਚਾ ਸਕੂਲ ਮੇਰਾ ਬੱਚਾ ਡਿਪਰੈਸ਼ਨ ਚ ਆਇਆ, ਸਾਡਾ ਹੈਗਾ ਬਾਰਡਰ ਏਰੀਆ, ਕੋਈ ਗੱਲ ਆਪਣੇ ਹਿਸਾਬ ਨਾਲ ਰਹਿੰਦੇ ਆ, ਆਪਣੇ ਹਿਸਾਬ ਨਾਲ ਬਹਿੰਦੇ ਖਲੋਨੇ, ਆਪਣਾ ਕਾਰੋਬਾਰ ਸਾਂਭਦੇ ਆ, ਕੋਈ ਥ੍ਰੈਟ ਕਰ ਜੂ ਮੇਰੇ ਘਰ ਤੇ ਟੂਬਲੀ ਛੱਡ ਕੇ ਗਏ ਪਹਿਲਾਂ, ਮਾਰਨਾ ਜੱਟ ਦਲੇਰ ਜੇ, ਜੇ ਤੁਹਾਨੂੰ ਮੈਂ 50 ਲੱਖ ਦੇ ਦਿੰਦਾ, ਤਾਰੀ ਤੇ ਦਲੇ ਆ ਦਲੇ ਤੇ ਆ ਦਲੇ ਆ ਵੀ ਜਿਨ੍ਹਾਂ ਨੇ 20-20 ਲੱਖ ਰੁਪਇਆ ਤੁਹਾਨੂੰ ਦੇਤਾ, ਜੱਟ ਨਹੀਂ ਤੇ ਦਿੱਤਾ, ਗੋਲੀ ਮਾਰਨੀ ਮਾਰੇ ਖੜਾ ਜੇ, ਅੱਜ ਜਿਹੜੇ ਭਰਾ ਖੜੇ ਮੇਰੇ ਨਾਲ ਖੜਾ ਜਾਣਾ, ਇਤਿਹਾਸ ਕਾਇਮ ਕਰਨਾ ਜੇ, ਜੋ ਮਤੀ ਹੁਣ ਕਦੀ ਜਾਵੇ ਪਰ ਇੱਕੋ ਗੱਲ ਬਾਹਰ ਕਹੂੰਗਾ, SHO ਮੈਨੂੰ ਅਮਨਦੀਪ ਸਿੰਘ SHO ਵਰਗਾ ਨਹੀਂ ਜੇ ਮਿਲਿਆ, ਦੁਖੀ ਹੋ ਗਿਆ ਮੈਂ ਆਪਣੀ ਸਰਕਾਰ ਤੋਂ,
ਦੁਖੀ ਆ ਭਾਈ ਭਾਜੀ ਇਹ ਕੋਈ ਕਾਨੂੰਨ ਆ ਭੈਣ ਚੋਦ ਕਾਨੂੰਨ ਉਹ ਦੇਖੋ ਜੇਲ ਬਣਾਤਾ ਮੇਰੇ ਘਰ ਨੂੰ ਇਧਰ ਤੇਰੇ ਭਰਾ ਆ ਗਏ ਨਾ ਤੇਰੇ ਭਰਾ ਆਏ ਗਏ ਜੰਡੋ ਨਾਲਿਆਂ ਨਾਲ ਆਏ ਭਰਾ ਤੇਰੇ ਨਾਲ ਗਏ ਨਾਲ ਖੜਾ ਮੈਂ ਕਹੇ ਥੱਲੇ ਦੇ ਨਾਲ ਨਹੀਂ ਖੜਾ ਮੈਂ ਕਹੇ ਚੋਰ ਦੇ ਨਾਲ ਨਹੀਂ ਖੜਾ ਗੋਲੀ ਮਾਰ ਨਹੀਂ ਲੈ ਅਸੀਂ ਵੀ ਖੜਾ ਖੜਾ ਤੁਸੀਂ ਮੈਨੂੰ ਟਾਈਮ ਦਿੱਤਾ ਨਾ ਪੁੱਤ ਤੈਨੂੰ ਸਵੇਰ ਤੱਕ ਮਾਰਨਾ ਓਏ ਗੈਂਗਸਟਰ ਓ ਬਾਕੀ ਤੂੰ ਅਸਲੀ ਮਾਂ ਦਾ ਪੁੱਤ ਆ ਓਏ ਅਸਲੀ ਮਾਂ ਲਾ ਲਾ ਗੱਡੀ ਇਧਰ ਸਾਈਡ ਦੇ ਕਰਦੇ ਓਏ ਅਸਲੀ ਮਾਂ ਦਾ ਪੁੱਤ ਆ ਕੋਈ ਨੀ ਖੜਾ ਹੀ ਆ ਖੜਾ ਹੀ ਆ ਖੜਾ ਹੀ ਮੇਰਾ ਪਿੰਡ ਆਪਾਂ ਪਾਰਟੀ ਬਾਜੀ ਨਹੀਂ ਰਹੀ ਮੈਂ ਲੱਖ ਲਾਂਦੇ ਆਮ ਆਦਮੀ ਪਾਰਟੀ ਤੇ ਕਰੋੜ ਕਰੋੜ ਲਾਂਦੇ ਆਮ ਆਦਮੀ ਪਾਰਟੀ ਤੇ ਓਏ ਹੁੰਦਾ ਕੂਅਰ ਤੀਜੇ ਪ੍ਰਤਾਪ ਹੁੰਦਾ ਕੂਅਰ ਤੀਜੇ ਪ੍ਰਤਾਪ ਓਏ ਪੰਜਾਬ ਦਾ ਗ੍ਰਹਿ ਮੰਤਰੀ ਹੁੰਦਾ ਕੂਅਰ ਤੀਜੇ ਪ੍ਰਤਾਪ ਪੰਜਾਬ ਦਾ ਹਾਂਜੀ ਸਰ ਕੀ ਹੈ ਜੀ ਮਾਮਲਾ ਜਿਹੜਾ ਹੈ ਫਰੋਤੀ ਮੰਗਣ ਦਾ ਕੀ ਕਹਿਣਾ ਚਾਹੋਗੇ ਬਾਰੇ ਭਾਜੀ ਇਹਨੂੰ ਇੱਕ ਫੋਨ ਆਇਆ ਸੀ ਕਿਸੇ ਅਨਨੋਨ ਨੰਬਰ ਤੋਂ ਜਿਹੜਾ ਬਾਹਰ ਦਾ ਨੰਬਰ ਸੀ ਜਿਹਦੇ ਇਹਨਾਂ ਨੂੰ ਕਿਹਾ ਕਿ ਸਾਨੂੰ 50 ਲੱਖ ਰੁਪਈਆ ਦਿਓ ਤੇ ਆਪਾਂ ਜਿਸ ਸੰਬੰਧੀ ਆਪਾਂ ਪਰਚਾ ਦਰਜ ਕਰ ਦਿੱਤਾ ਗਿਆ ਵਾ ਤੇ ਇਹ ਨੰਬਰ ਆਪਾਂ ਸਾਈਬਰ ਸੈੱਲ ਵਾਲਿਆਂ ਦੀ ਮਦਦ ਦੇ ਨਾਲ ਆਪਾਂ ਟਰੈਕ ਕਰਨ ਡਿਆ ਕਿ ਇਹ ਨੰਬਰ ਕਿੱਥੋਂ ਕਾਲ ਆਈ ਹੈ ਕਿਹੜੇ ਦੇਸ਼ ਤੋਂ ਆਈ ਆ ਜਾਂ ਕਿਹੜਾ ਬੰਦਾ ਇਹਦੇ ਬਿਹਾਈਂਡ ਉਹਨੇ ਚਿਰ ਲਈ ਇਹਨੂੰ ਇੱਕ ਗਨਮੈਨ ਵੀ ਦੇ ਦਿੱਤਾ ਗਿਆ ਵਾ ਅਤੇ ਇਹਦੇ ਘਰ ਦੇ ਲਾਗੇ ਗਸ਼ਤੀ ਵੀ ਵਧਾ ਦਿੱਤੀ ਗਈ ਹੈ ਪੁਲਿਸ ਆਪਣੇ ਕੰਮ ਲਈ ਬਿਲਕੁਲ ਤਤਪਰ ਆ ਅਤੇ ਜਲਦ ਤੋਂ ਜਲਦ ਬੰਦਾ ਗ੍ਰਿਫਤਾਰ ਕਰ ਲਿਆ ਮਾਮਲਾ ਪਹਿਲਾਂ ਕਿ ਜਾਂ ਹੋਰ ਹੀ ਸਾਰੇ ਮਾਮਲਾ ਸਾਹਮਣੇ ਆਇਆ 28 ਹਲਕੇ 28 ਹਲਕੇ 'ਚ ਪਹਿਲਾਂ ਹੀ ਮਾਮਲਾ ਸਾਹਮਣੇ ਆਇਆ ਵਾ ਪਹਿਲਾਂ 28 ਹਲਕੇ 'ਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਸਰ ਕੀ ਨਾਮ ਦੱਸਦਾ ਪਿਆ ਜਿਹੜਾ ਮੁੰਡਾ ਆਪਣਾ ਗੈਂਗਸਟਰ ਜਿਹੜਾ ਆਪਣਾ ਕਹਿ ਰਿਹਾ ਗੈਂਗਸਟਰ ਲਈ ਆਪਣਾ ਨਾਮ ਨਹੀਂ ਕੋਈ ਦੱਸਦਾ ਪਿਆ ਉਹ ਬਸ ਇਹੀ ਕਹਿ ਰਿਹਾ ਕਿ ਇੱਥੇ ਹੋਣੀ ਪਤਾ ਲੱਗਾ ਕਿ 2-3 ਬੰਦੇ ਕਹਿੰਦੇ ਆਪਾਂ ਨੂੰ ਵੀ ਆਈਆਂ 2-4 ਵਾਰੀ ਪਰ ਪੁਲਿਸ ਨੇ ਕੋਈ ਸੰਗ ਮੈਂ 4 ਮਿੰਟ ਕਿਸੇ ਨੇ ਕੋਈ ਦਰਖਾਸਤ ਦਿੱਤੀ ਸੀ ਇਸ ਮੁਤਾਬਕ ਇਹਦੇ ਸੰਬੰਧੀ ਜੇ ਦਰਖਾਸਤ ਆਈ ਹੁੰਦੀ ਤਾਂ ਆਪਾਂ 100% ਕਰ ਲੈਂਦੇ ਇਹਦੀ ਜਲਦ ਤੋਂ ਜਲਦ ਬੰਦਾ ਗ੍ਰਿਫਤਾਰ ਕਰਕੇ ਆਪਣਾ ਨੰਬਰ ਤੁਹਾਨੂੰ ਦੱਸ ਕੇ ਬੇਨਤੀ ਕੀਤੀ ਹੈ ਕਿ ਸਾਈਬਰ ਸੈੱਲ ਵਾਲਿਆਂ ਨੂੰ ਨੰਬਰ ਦੇ ਦਿੱਤਾ ਗਿਆ ਵਾ ਜਲਦ ਤੋਂ ਜਲਦ ਉਹਦਾ ਗ੍ਰਿਫਤਾਰ ਕਰਕੇ ਕਿ ਕਿੱਥੇ ਦਾ ਨੰਬਰ ਹੈ ਜਾਂ ਉਹਦੇ ਨਾਲ ਕਿਹੜੇ ਇੱਥੇ ਲਿੰਕ ਹੈਗੇ ਨੇ ਜਿਹੜੇ ਬੰਦੇ ਨੂੰ ਇਨਫੋਰਮੇਸ਼ਨ ਦਿੰਦੇ ਨੇ ਜਾਂ ਜੋ ਜੋ ਉਹਦੇ ਨਾਲ ਹੈਗਾ ਵਾ ਕਰਕੇ ਸਰ ਨੈੱਟ ਕਾਲਿੰਗ ਕਰਦੇ ਆ ਜਾਂ ਵੀਡੀਓ ਕਾਲਿੰਗ ਕਰਕੇ ਨਹੀਂ ਨੈੱਟ ਕਾਲਿੰਗ ਕਿੰਨੇ ਵਾਰੀ ਫੋਨ ਆ ਚੁੱਕਿਆ ਬੰਦੇ ਦਾ ਦੋ ਵਾਰੀ ਆ ਚੁੱਕਿਆ ਨੰਬਰ ਬਾਹਰ ਤੋਂ ਨੰਬਰ 1 ਠੀਕ ਹੈ ਜੀ ਦੱਸਿਆ ਤੇ ਆਪਣਾ ਨਾਂ ਚੋਪੜਾ ਤੇ ਚੋਪੜਾ ਹੋਇਆ ਨਹੀਂ ਫੋਟੋ ਕਿਸੇ ਹੋਰ ਦੀ ਭਾਈ ਤੁਹਾਨੂੰ ਵੀ ਪਤਾ ਹੁੰਦਾ ਜਿਹੜਾ ਉਹ ਆਪਣਾ ਨਾਂ ਨਹੀਂ ਸਹੀ ਦੱਸਦਾ ਇੱਦਾਂ ਹੀ ਮੇਰੇ ਘਰ 2020 ਦੇ ਵਿੱਚ ਗੈਂਗਸਟਰਾਂ ਨੇ ਕੀਤਾ ਸੀਗਾ ਪਰ ਉਹਨਾਂ ਨੇ ਨਾਂ ਤੇ ਜੱਗੂ ਭਗਵਾਨਪੁਰੀਆ ਦਾ ਲਿਆ ਤੇ ਨਿਕਲੇ ਕੋਈ ਹੋਰ ਇਹ ਦੱਸਦੇ ਸੱਚਾਈ ਨਹੀਂ ਹੁੰਦੇ ਪਹਿਲਾਂ ਵੀ ਮੇਰੇ ਨਾਲ ਹੋ ਚੁੱਕੀ 2.5 ਸਾਲ ਦਾ ਮੇਰਾ ਬੱਚਾ ਸੀ ਜੋ 11 ਸਾਲਾਂ ਬਾਅਦ ਮਹਾਰਾਜ ਨੇ ਮੈਨੂੰ ਦਿੱਤਾ ਔਰ ਇਸੇ ਆੜ ਦੇ ਵਿੱਚ ਉਹ ਕਰਦੇ ਨੇ ਕਿ ਵੀ ਇਹ ਅਟਾਰੀ ਦੇ ਵਿੱਚ ਕਾਰੋਬਾਰ ਚੰਗਾ ਇਸੇ ਕਰਕੇ ਮੈਨੂੰ ਇਹ ਜਿਹੜਾ ਟਾਰਗੇਟ ਕੀਤਾ ਜਾਂਦਾ ਔਰ ਵਾਰ-ਵਾਰ ਬਣਾਇਆ ਜਾਂਦਾ ਆਮ ਆਦਮੀ ਪਾਰਟੀ ਸਰਕਾਰ ਬਣੀ ਕਹਿੰਦੇ ਆਮ ਲੋਕਾਂ ਦੀ ਸਰਕਾਰ ਸੀ ਲੋਕਾਂ ਦੀ ਹਿਫਾਜ਼ਤ ਵਾਸਤੇ ਬਣੀ ਸੀ ਕਹਿੰਦੇ ਤੁਸੀਂ MLA ਸਾਹਿਬ ਦੇ ਬਹੁਤ ਨੇੜੇ ਹੋ ਬਿਲਕੁਲ ਸੱਚ ਹੈ ਭਾਜੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੈਂ ਤੇ ਆਮ ਆਦਮੀ ਪਾਰਟੀ ਦਾ ਟਾਰੀ ਹਲਕੇ ਦਾ ਪ੍ਰਧਾਨ ਹਾਂ ਉਹ ਵੀ ਵਪਾਰੀਆਂ ਦਾ ਤੇ ਮੇਰੇ ਨਾਲ ਆ ਕੁਝ ਹੋ ਰਿਹਾ ਮੈਂ ਸਿਰਫ ਆਪਣੀ ਸਰਕਾਰ ਤੱਕ ਤੁਹਾਡੇ ਮੀਡੀਆ ਦੇ ਥਰੂ ਆਪਣੇ CM ਤੱਕ ਆਵਾਜ਼ ਪਹੁੰਚਾਉਣਾ ਚਾਹੁੰਦਾ ਵੀ ਸਰ ਅਸੀਂ ਵੀ ਮੁਰਦਾਬਾਦ ਨਹੀਂ ਕਹਿੰਦੇ ਆਮ ਆਦਮੀ ਪਾਰਟੀ ਜਿੰਦਾਬਾਦ ਹੀ ਕਹੀਦਾ ਅੰਨੇ ਭਗਤ ਅਸੀਂ ਵੀ ਹਾਂ ਪਰ ਹੁਣ ਮੇਰੇ ਘਰ ਤੇ ਬੀਤਣ ਦੇ ਜੀ ਇਸ ਵਕਤ ਮੇਰੇ ਘਰ ਤੇ ਬੀਤਣ ਦੇ ਆ ਔਰ ਮੈਂ ਡਿਪਰੈਸ਼ਨ 'ਚ ਜਾ ਰਿਹਾ 4 ਦਿਨ ਤੋਂ ਸੁੱਤਾ ਨਹੀਂ
ਚਾਰ ਦਿਨ ਤੋਂ ਨੀਂਦ ਨਹੀਂ ਅੱਖਾਂ 'ਚ ਪਈ। ਮੇਰਾ ਛੋਟਾ ਜਿਹਾ ਬੱਚਾ 7 ਸਾਲ ਦਾ ਨਿੱਕਾ ਜਿਹਾ ਪਲਾਸਟਿਕ ਦੀ ਰਫਲ ਇੱਥੇ ਰੱਖ ਕੇ ਪਿਸਤੌਲ ਸੌਣ ਦਿਆ, ਕਹਿੰਦਾ ਪਾਪਾ ਆਪਣੇ ਘਰ ਨੂੰ ਜੇਲ੍ਹ ਬਣਾ ਦਿੱਤਾ, ਆਪਾਂ ਨੂੰ ਹੁਣ ਜੇਲ੍ਹ ਹੋ ਗਈ ਆ। ਆਹ ਮੇਰੇ 7 ਸਾਲ ਦੇ ਬੱਚੇ ਦੇ ਬਿਆਨ ਹੈ ਜੋ ਕਿ ਸਕੂਲ ਤੋਂ ਢਾ ਕੇ ਘਰ ਬਿਠਾਇਆ। ਕਾਂਗਰਸੀਆਂ ਵੱਲੋਂ ਜਿਹੜਾ ਕੀ ਧੰਨੇ ਪ੍ਰਸ਼ਨ ਕੀਤੇ ਜਾ ਰਹੇ ਨੇ, ਕਹਿੰਦੇ ਲਾਲ ਲੈਣ ਦੀ ਸਥਿਤੀ ਜਿਹੜੀ ਵਿਗੜ ਗਈ ਆ, ਆਮ ਲੋਕਾਂ ਦੇ ਹਾਲਾਤ ਮਾੜੇ ਹੋ ਗਏ ਨੇ, ਕਹਿੰਦੇ ਆਮ ਆਦਮੀ ਪਾਰਟੀ 'ਚ ਦੇਖੋ ਜੀ ਇਹ ਤਾਂ ਜੱਗ ਜਾ ਰਿਹਾ। ਮੈਂ ਇਕੱਲਾ ਮੈਂ ਨਹੀਂ, ਪੂਰਾ ਤਰਨ ਤਰਨ ਜ਼ਿਲ੍ਹਾ ਵੇਖ ਲਓ ਜੋ ਹਾਲਾਤ ਇਸ ਵਕਤ ਹੁੰਦੇ ਨੇ। ਆਏ ਦਿਨ ਫਰੋਤੀ ਦੇ ਵੀ ਦਿੰਦੇ ਨੇ ਲੋਕ, ਕਿਉਂਕਿ ਡਰਦੇ ਨੇ। ਦੇ ਕੇ ਮਹੀਨੇ ਬਾਅਦ ਫਿਰ ਇੱਕ ਨੇ 30 ਲੱਖ ਦਿੱਤੀ, ਦੇ ਕੇ 2 ਕਰੋੜ ਰੁਪਈਆ ਤੋਂ ਮਹੀਨੇ ਬਾਅਦ ਦੂਜੇ ਗਰੁੱਪ ਨੇ ਮੰਗ ਲਿਆ। ਠੀਕ ਆ, ਕਿਸੇ ਨਾ ਕਿਸੇ ਨੂੰ ਉੱਠਣਾ ਪੈਣਾ, ਮੈਨੂੰ ਮੇਰੀ ਜਾਨ ਦੀ ਪਰਵਾਹ ਨਹੀਂ, ਕਿਉਂਕਿ ਜੇ ਜਾਨ ਦੀ ਪਰਵਾਹ ਹੁੰਦੀ ਤਾਂ ਮੈਂ ਵੀ ਪੈਸੇ ਦੇ ਦਿੰਦਾ ਇਹਨਾਂ ਨੂੰ। ਕੋਈ ਚੱਕਰ ਦੇ ਪੂਰੇ ਲੋਕ ਪਹੁੰਚੇ ਨੇ, MLA ਸਾਹਿਬ ਆਏ ਆ ਮੌਕੇ ਤੇ? MLA ਸਾਹਿਬ ਨਹੀਂ ਆਏ? ਆਏ ਆ ਜੀ, ਸੀ ਉਹ ਸਵੇਰ ਦੇ ਬੈਠੇ ਸੀ, ਇੱਥੋਂ ਹੋ ਕੇ ਜਾ ਚੁੱਕੇ ਨੇ। ਦੇਖੋ ਜੀ ਮੈਂ ਨਾ ਤਾਂ ਨਹੀਂ ਕਿਸੇ ਦਾ ਲੈ ਸਕਦਾ, ਸ਼ੁਰੂਆਤ ਹੋ ਚੁੱਕੀ ਆ, ਦੇ ਵੀ ਚੁੱਕੇ ਆ, ਨਾ ਨਹੀਂ ਮੈਂ ਲੈਣਾ ਉਹਨਾਂ ਦੀ, ਕਿਉਂਕਿ ਉਹਨਾਂ ਦੀ ਆਪਣੀ ਮਜਬੂਰੀ ਹੋ ਗਈ। ਹੁਣ ਭਾਜੀ ਮੈਂ ਤੋਂ 10 ਮਿੰਟ ਬਈ ਉਹ ਪਤਾ ਭਾਜੀ ਉਹਨੇ ਬਿਆਨ ਦੱਸ ਵੀ ਬਾਕੀ ਭਾਈ ਹੁਣ ਤੱਕ ਕਿੰਨੇ ਬੰਦੇ ਦੇ ਧਮਕੀਆਂ ਆ ਚੁੱਕੀਆਂ? ਦੇਖੋ ਜੀ ਧਮਕੀਆਂ ਅੰਦਰ ਅੰਦਰ ਤਾਂ ਕੋਈ ਬਾਹਰ ਕੱਢਦਾ ਨਹੀਂ, ਦੇਣ ਵਾਲਿਆਂ ਵੀ ਚੁੱਪ ਚਪੀਤੇ 2 ਜਣਿਆਂ ਦਾ ਰੌਲਾ ਕਿ ਉਹਨਾਂ ਨੇ ਦੇ ਚੁੱਕੇ ਨੇ, ਪਰ ਮੈਂ ਬਿਲਕੁਲ ਜੀ ਮਿਲੀ ਹੋਈ ਹੈ। ਪੁਲਿਸ ਨੇ ਕੀ ਕਾਰਵਾਈ ਕੀਤੀ ਹੈ? ਦੇਖੋ ਪੁਲਿਸ ਆਪਣੇ ਇਹੀ ਕਹਿ ਰਿਹਾ ਕਿ ਅਸੀਂ ਜਲਦੀ ਤੋਂ ਜਲਦੀ ਇਸ ਨੂੰ ਕਰਾਂਗਾ, ਔਰ ਅਸੀਂ ਸਿਰਫ ਅੱਜ ਕੋਈ ਧਰਨਾ ਨਹੀਂ, ਅੱਜ ਸਿਰਫ ਤੁਹਾਡੇ ਮੀਡੀਆ ਦੇ ਥਰੂ ਪ੍ਰਸ਼ਾਸਨ ਤੱਕ ਆਪਣੇ CM ਤੱਕ ਆਵਾਜ਼ ਪਹੁੰਚਾਉਣੀ ਸੀ। ਅਸੀਂ ਨਹੀਂ ਹੁਣ, ਮੈਂ ਕਿਸੇ ਪਾਰਟੀ ਦੇ ਨਾਲ ਇਸ ਵਕਤ ਨਹੀਂ, ਮੈਂ ਛੱਡ ਚੁੱਕਾ, ਮੈਂ ਸਿਆਸਤ ਨਹੀਂ ਮੈਂ ਕਾਰੋਬਾਰੀ ਹਾਂ। ਔਰ ਜੇ ਇਸ ਤਰ੍ਹਾਂ ਹੀ ਹਾਲਾਤ ਰਹੇ, ਇੰਡਸਟਰੀ ਪਹਿਲਾਂ ਪੰਜਾਬ ਨੂੰ ਨਹੀਂ ਆ ਰਹੀ, ਅਤੇ ਜੇ ਨਿੱਕੇ ਮੋਟੇ ਵਪਾਰੀ ਇਸ ਵਕਤ ਸਾਡੇ ਵਰਗੇ ਜੇ ਉਹ ਵੀ ਸੇਫ ਨਹੀਂ, ਅਤੇ ਅਸੀਂ ਵੀ ਕਾਰੋਬਾਰ ਫਿਰ ਬੰਦ ਕਰ ਦਾਂਗੇ, ਦਾਲ ਫੁਲਕਾ ਤਾਂ ਮਹਾਰਾਜ ਨੇ ਦੇ ਹੀ ਜਾਣਾ। ਆਮ ਆਦਮੀ ਪਾਰਟੀ ਦੇ ਤੁਸੀਂ ਵਰਕਰ, ਜੇ ਤੁਹਾਡੇ ਨਾਲ ਇਸ ਤਰ੍ਹਾਂ ਹਾਲਾਤ ਹੋਣ ਲੱਗ ਪਏ ਤਾਂ ਆਮ ਲੋਕਾਂ ਦਾ ਕੀ ਬਣੂਗਾ? ਇਸੇ ਲਈ ਤਾਂ ਅਸੀਂ ਇਕੱਠੇ ਹੋਏ ਹਾਂ, ਮੈਨੂੰ ਤਾਂ ਪੁਲਿਸ ਪ੍ਰੋਟੈਕਸ਼ਨ ਮਿਲੀ ਹੁੰਦੀ ਮੈਂ ਗੱਲ ਨਾ ਕਰਦਾ, ਮੈਂ ਵੀ ਗਨਮੈਨ ਲੈ ਕੇ ਘੁੰਮੀ ਜਾਂਦਾ। ਗੱਲ ਉਹ ਨਹੀਂ, ਗੱਲ ਇੱਕ ਪੀੜ ਆ ਵੀ ਜਿਹੜੇ ਲੋਕ ਬੋਲਣ ਨਹੀਂ ਡਰਦੇ ਦੇਈ ਜਾਂਦੇ, ਮੈਂ ਕਹਿੰਦਾ ਉਹਨਾਂ ਲਈ ਨਾਲ ਖੜੇ ਆ ਸੀ, ਮਰਨਾ ਹੈ ਜੇ ਮੇਰੀ ਗੈਂਗਸਟਰਾਂ ਦੇ ਹੱਥੋਂ ਮੌਤ ਲਿਖੀ ਆ, ਮੈਨੂੰ ਡਰ ਨਹੀਂ ਹੋਣਾ। ਔਰ ਇਹ ਵੀ ਕਹਿੰਦੇ ਤੇਰਾ ਪੁੱਤ ਮਾਰਨਾ, ਬਸ ਇੱਕ ਫਰਿਆਦ ਗੈਂਗਸਟਰਾਂ ਨੂੰ ਜ਼ਰੂਰ ਕਹੂੰਗਾ, ਅਣਖੀ ਰਿਹੋ, ਮਾਰਿਓ ਜ਼ਰੂਰ, ਪਰ ਪਹਿਲਾਂ ਮੈਨੂੰ ਮਾਰਿਓ, ਉਹ ਤੋਂ ਬਾਅਦ ਮੇਰਾ ਪੁੱਤ ਮਾਰਿਓ, ਜਦੋਂ ਮੇਰਾ ਪੁੱਤ ਮੇਰਾ ਸੰਸਕਾਰ ਕਰ ਦੂਗਾ ਬੇਸ਼ੱਕ ਮਾਰ ਦਿਓ, ਮੈਨੂੰ ਇਹੋ ਜਿਹਾ ਪਿਓ ਨਾ ਬਣਾਇਓ, ਇਹੋ ਜਿਹਾ ਕਿ ਮੇਰੀ ਆਤਮਾ ਇੱਥੇ ਭੜਕਦੀ ਰਹੇ, ਅਤੇ ਮੈਂ ਆਪਣੇ ਹੱਥੀਂ ਆਪਣੇ ਪੁੱਤ ਨੂੰ ਸਾੜਾਂ ਜਿਹੜਾ 11 ਸਾਲਾਂ ਬਾਅਦ ਦਿੱਤਾ। ਇਹ ਮੈਂ ਗੈਂਗਸਟਰਾਂ ਤੋਂ ਮੰਗ ਕਰਦਾ, ਕਿਉਂਕਿ ਪ੍ਰਸ਼ਾਸਨ ਨੂੰ ਵੱਡੇ ਗੈਂਗਸਟਰ ਨੇ, ਆਹ ਹਾਲਾਤ ਹੋਇਆ। ਡਰ ਨਹੀਂ, ਡਰਦਾ ਨਹੀਂ, ਡਰ ਨਾਂ ਦੀ ਚੀਜ਼ ਮੇਰੇ ਵਿੱਚ ਨਹੀਂ ਹੈਗੀ, ਜੇ ਡਰਦਾ ਹੁੰਦਾ ਤਾਂ ਪੈਸੇ ਦੇ ਕੇ ਬਹਿ ਜਾਂਦਾ, ਪਰ ਨਹੀਂ, ਡਟ ਗਿਆ ਔਰ ਡਟਾਂਗਾ। ਔਰ ਜੇ ਮੇਰੇ ਪਰਿਵਾਰ ਨੂੰ ਕੁਛ ਵੀ ਹੁੰਦਾ, ਮੇਰੇ ਪਰਿਵਾਰ ਨੂੰ ਕੁਛ ਹੁੰਦਾ, ਮੇਰਾ ਬੱਚਾ ਮੈਂ ਸਕੂਲ ਵੀ ਭੇਜਣਾ, ਮੈਂ ਡਰਾ ਕੇ ਨਹੀਂ ਰੱਖਾਂ, ਮੈਂ ਸਕੂਲ ਵੀ ਭੇਜਣਾ, ਔਰ ਮੈਂ ਪ੍ਰਾਈਵੇਟ ਸਿਕਿਉਰਿਟੀ ਵੀ ਆਪਣੀ ਰੱਖੀ ਹੋਈ ਹੈ, ਮੈਂ ਸਕੂਲ ਵੀ ਭੇਜਣਾ। ਰਾਹ 'ਚ ਮੇਰੇ ਪਰਿਵਾਰ ਨੂੰ ਕੋਈ ਮਾਰ ਦਿੰਦਾ, ਔਰ ਮੈਂ CM ਤੱਕਰ ਤੁਹਾਡੇ ਮੀਡੀਆ 'ਚ ਆਵਾਜ਼ ਪਹੁੰਚਾ ਦਿੱਤੀ ਆ, ਕੱਲ੍ਹ ਨੂੰ ਇਹ ਨਾ ਕਿਹਾ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ, ਦੱਸਿਆ ਨਹੀਂ, ਦੱਸ ਚੁੱਕਾਂ ਅੱਜ ਤੋਂ